ਡਿਵੈਲਪਮੈਂਟ ਇਹ ਹੈ ਕਿ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਰਾਵੀ ਰਿਵਰ ਦੇ ਵਿੱਚ ਜਿਹੜੀ ਤਾਰਾਗੜ੍ਹ ਏਰੀਆ ਤੇ ਨੋਟ ਜਮਲ ਸਿੰਘ ਉੱਥੇ ਅਸੀਂ ਦੋ ਮੁਕੱਦਮੇ ਦਰਜ ਕੀਤੇ। ਉਹਨਾਂ ਦੋਨੋਂ ਮੁਕੱਦਮਿਆਂ ਦੇ ਵਿੱਚ ਜਿਹੜੇ ਹੈਗੇ ਆ 4 ਪੋਕਲੇਨ ਮਸ਼ੀਨਾਂ ਤੇ 3 ਟਿੱਪਰ ਮੌਕੇ ਦੇ ਉੱਤੇ ਮਾਈਨਿੰਗ ਕਰਦੇ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦੀ ਗ੍ਰਿਫਤਾਰੀ ਕੀਤੀ ਆ। ਔਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਮਾਲਕ ਜਿਹੜੇ ਹੈਗੇ ਆ ਉਹ ਅਸੀਂ ਬਾਈ ਨੇਮ ਰੱਖੇ ਆ। ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਉਹਨਾਂ ਨੂੰ ਇਸ ਕੇਸ ਮੁਕੱਦਮੇ ਵਿੱਚ ਕਾਨੂੰਨ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਜਿਹੜੀ ਸਮਾਇਤ ਅਦਾਲਤ ਵਿੱਚ ਕਰਾਈ ਜਾਵੇ। ਡਿਵੈਲਪਮੈਂਟ ਇਹ ਹੈ ਕਿ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਰਾਵੀ ਰਿਵਰ ਦੇ ਵਿੱਚ ਜਿਹੜੀ ਤਾਰਾਗੜ੍ਹ ਏਰੀਆ ਤੇ ਨੋਟ ਜਮਲ ਸਿੰਘ ਉੱਥੇ ਅਸੀਂ ਦੋ ਮੁਕੱਦਮੇ ਦਰਜ ਕੀਤੇ। ਉਹਨਾਂ ਦੋਨੋਂ ਮੁਕੱਦਮਿਆਂ ਦੇ ਵਿੱਚ ਜਿਹੜੇ ਹੈਗੇ ਆ 4 ਪੋਕਲੇਨ ਮਸ਼ੀਨਾਂ ਤੇ 3 ਟਿੱਪਰ ਮੌਕੇ ਦੇ ਉੱਤੇ ਮਾਈਨਿੰਗ ਕਰਦੇ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦੀ ਗ੍ਰਿਫਤਾਰੀ ਕੀਤੀ ਆ। ਔਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਮਾਲਕ ਜਿਹੜੇ ਹੈਗੇ ਆ ਉਹ ਅਸੀਂ ਬਾਈ ਨੇਮ ਰੱਖੇ ਆ। ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਉਹਨਾਂ ਨੂੰ ਇਸ ਕੇਸ ਮੁਕੱਦਮੇ ਵਿੱਚ ਕਾਨੂੰਨ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਜਿਹੜੀ ਸਮਾਇਤ ਅਦਾਲਤ ਵਿੱਚ ਕਰਾਈ ਜਾਵੇ। ਡਿਵੈਲਪਮੈਂਟ ਇਹ ਹੈ ਕਿ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਰਾਵੀ ਰਿਵਰ ਦੇ ਵਿੱਚ ਜਿਹੜੀ ਤਾਰਾਗੜ੍ਹ ਏਰੀਆ ਤੇ ਨੋਟ ਜਮਲ ਸਿੰਘ ਉੱਥੇ ਅਸੀਂ ਦੋ ਮੁਕੱਦਮੇ ਦਰਜ ਕੀਤੇ। ਉਹਨਾਂ ਦੋਨੋਂ ਮੁਕੱਦਮਿਆਂ ਦੇ ਵਿੱਚ ਜਿਹੜੇ ਹੈਗੇ ਆ 4 ਪੋਕਲੇਨ ਮਸ਼ੀਨਾਂ ਤੇ 3 ਟਿੱਪਰ ਮੌਕੇ ਦੇ ਉੱਤੇ ਮਾਈਨਿੰਗ ਕਰਦੇ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦੀ ਗ੍ਰਿਫਤਾਰੀ ਕੀਤੀ ਆ। ਔਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਮਾਲਕ ਜਿਹੜੇ ਹੈਗੇ ਆ ਉਹ ਅਸੀਂ ਬਾਈ ਨੇਮ ਰੱਖੇ ਆ। ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਉਹਨਾਂ ਨੂੰ ਇਸ ਕੇਸ ਮੁਕੱਦਮੇ ਵਿੱਚ ਕਾਨੂੰਨ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਜਿਹੜੀ ਸਮਾਇਤ ਅਦਾਲਤ ਵਿੱਚ ਕਰਾਈ ਜਾਵੇ। ਡਿਵੈਲਪਮੈਂਟ ਇਹ ਹੈ ਕਿ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਰਾਵੀ ਰਿਵਰ ਦੇ ਵਿੱਚ ਜਿਹੜੀ ਤਾਰਾਗੜ੍ਹ ਏਰੀਆ ਤੇ ਨੋਟ ਜਮਲ ਸਿੰਘ ਉੱਥੇ ਅਸੀਂ ਦੋ ਮੁਕੱਦਮੇ ਦਰਜ ਕੀਤੇ। ਉਹਨਾਂ ਦੋਨੋਂ ਮੁਕੱਦਮਿਆਂ ਦੇ ਵਿੱਚ ਜਿਹੜੇ ਹੈਗੇ ਆ 4 ਪੋਕਲੇਨ ਮਸ਼ੀਨਾਂ ਤੇ 3 ਟਿੱਪਰ ਮੌਕੇ ਦੇ ਉੱਤੇ ਮਾਈਨਿੰਗ ਕਰਦੇ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦੀ ਗ੍ਰਿਫਤਾਰੀ ਕੀਤੀ ਆ। ਔਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਮਾਲਕ ਜਿਹੜੇ ਹੈਗੇ ਆ ਉਹ ਅਸੀਂ ਬਾਈ ਨੇਮ ਰੱਖੇ ਆ। ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਉਹਨਾਂ ਨੂੰ ਇਸ ਕੇਸ ਮੁਕੱਦਮੇ ਵਿੱਚ ਕਾਨੂੰਨ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਜਿਹੜੀ ਸਮਾਇਤ ਅਦਾਲਤ ਵਿੱਚ ਕਰਾਈ ਜਾਵੇ। ਡਿਵੈਲਪਮੈਂਟ ਇਹ ਹੈ ਕਿ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਰਾਵੀ ਰਿਵਰ ਦੇ ਵਿੱਚ ਜਿਹੜੀ ਤਾਰਾਗੜ੍ਹ ਏਰੀਆ ਤੇ ਨੋਟ ਜਮਲ ਸਿੰਘ ਉੱਥੇ ਅਸੀਂ ਦੋ ਮੁਕੱਦਮੇ ਦਰਜ ਕੀਤੇ। ਉਹਨਾਂ ਦੋਨੋਂ ਮੁਕੱਦਮਿਆਂ ਦੇ ਵਿੱਚ ਜਿਹੜੇ ਹੈਗੇ ਆ 4 ਪੋਕਲੇਨ ਮਸ਼ੀਨਾਂ ਤੇ 3 ਟਿੱਪਰ ਮੌਕੇ ਦੇ ਉੱਤੇ ਮਾਈਨਿੰਗ ਕਰਦੇ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦੀ ਗ੍ਰਿਫਤਾਰੀ ਕੀਤੀ ਆ। ਔਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਮਾਲਕ ਜਿਹੜੇ ਹੈਗੇ ਆ ਉਹ ਅਸੀਂ ਬਾਈ ਨੇਮ ਰੱਖੇ ਆ। ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਉਹਨਾਂ ਨੂੰ ਇਸ ਕੇਸ ਮੁਕੱਦਮੇ ਵਿੱਚ ਕਾਨੂੰਨ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਜਿਹੜੀ ਸਮਾਇਤ ਅਦਾਲਤ ਵਿੱਚ ਕਰਾਈ ਜਾਵੇ। ਡਿਵੈਲਪਮੈਂਟ ਇਹ ਹੈ ਕਿ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹ ਰਾਵੀ ਰਿਵਰ ਦੇ ਵਿੱਚ ਜਿਹੜੀ ਤਾਰਾਗੜ੍ਹ ਏਰੀਆ ਤੇ ਨੋਟ ਜਮਲ ਸਿੰਘ ਉੱਥੇ ਅਸੀਂ ਦੋ ਮੁਕੱਦਮੇ ਦਰਜ ਕੀਤੇ। ਉਹਨਾਂ ਦੋਨੋਂ ਮੁਕੱਦਮਿਆਂ ਦੇ ਵਿੱਚ ਜਿਹੜੇ ਹੈਗੇ ਆ 4 ਪੋਕਲੇਨ ਮਸ਼ੀਨਾਂ ਤੇ 3 ਟਿੱਪਰ ਮੌਕੇ ਦੇ ਉੱਤੇ ਮਾਈਨਿੰਗ ਕਰਦੇ ਜਿਹੜੇ ਹੈਗੇ ਉਹ ਫੜੇ ਗਏ, ਉਹਨਾਂ ਦੀ ਗ੍ਰਿਫਤਾਰੀ ਕੀਤੀ ਆ। ਔਰ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਮਾਲਕ ਜਿਹੜੇ ਹੈਗੇ ਆ ਉਹ ਅਸੀਂ ਬਾਈ ਨੇਮ ਰੱਖੇ ਆ। ਔਰ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਾਡੇ ਕੋਲ ਸਫੀਸ਼ੀਐਂਟ ਐਵੀਡੈਂਸ ਹੈ ਉਹਨਾਂ ਨੂੰ ਇਸ ਕੇਸ ਮੁਕੱਦਮੇ ਵਿੱਚ ਕਾਨੂੰਨ ਤੌਰ ਤੇ ਗ੍ਰਿਫਤਾਰ ਕਰਕੇ ਉਹਨਾਂ ਦੀ ਜਿਹੜੀ ਸਮਾਇਤ ਅਦਾਲਤ ਵਿੱਚ ਕਰਾਈ ਜਾਵੇ।